are watching Channel Y. Channel Y, a South Asian Canadian channel. ਦੇਖੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਬੜੇ ਅਹਿਮ ਮਸਲੇ ਤੇ ਰੱਖੀ ਗਈ ਹੈ ਕਿ ਜਿੱਥੇ ਪੰਜਾਬ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀਗੇ ਕਰ ਕਰ ਨੌਕਰੀ ਦਾ ਵਾਅਦਾ ਕੀਤਾ ਸੀਗਾ 2500 ਪੈਨਸ਼ਨ ਦਾ ਵਾਅਦਾ ਕੀਤਾ ਸੀ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਔਰ ਉਹਨਾਂ ਵਾਅਦਿਆਂ ਦੇ ਵਿੱਚ ਇੱਕ ਵਾਅਦਾ ਇਹ ਵੀ ਕੀਤਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਸਰਕਾਰ ਨੇ ਜਿਹੜੇ ਪ੍ਰਾਈਵੇਟ ਥਰਮਲਾਂ ਦੇ ਨਾਲ ਸਮਝੌਤੇ ਕੀਤੇ ਤਾਂ ਉਹਨਾਂ ਸਾਰੇ ਐਗਰੀਮੈਂਟਸ ਨੂੰ ਰੱਦ ਕਰਕੇ ਪੰਜਾਬ ਨੂੰ ਅਸੀਂ ਸਸਤੀ ਬਿਜਲੀ ਦੇਵਾਂਗੇ ਪਰ ਮੈਂ ਕਹਿੰਦੀ ਹਾਂ ਸ਼ਰੇਆਮ ਲੁੱਟ ਜਿਹੜੀ ਅਕਾਲੀ ਦਲ ਵੇਲੇ ਚੱਲ ਰਹੀ ਸੀਗੀ ਅੱਜ ਉਸ ਕੈਪਟਨ ਸਰਕਾਰ ਵੇਲੇ ਵੀ ਇਨ ਬਿਨ ਚੱਲ ਰਹੀ ਹੈ ਕਹਿੰਦਾ ਮਤਲਬ ਹਰ ਸਾਲ 1400 ਕਰੋੜ ਰੁਪਇਆ ਸਰਕਾਰ ਨੇ ਪ੍ਰਾਈਵੇਟ ਥਰਮਲਾਂ ਨੂੰ ਦੇਣਾ ਹੀ ਦੇਣਾ ਹੈ ਭਾਵੇਂ ਅਸੀਂ ਉਹਨਾਂ ਤੋਂ ਬਿਜਲੀ ਖਰੀਦੀਏ ਅਤੇ ਭਾਵੇਂ ਅਸੀਂ ਨਾ ਖਰੀਦੀਏ ਸੋ ਆਮ ਆਦਮੀ ਪਾਰਟੀ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦੇਖਦੇ ਹੋਏ ਆਉਣ ਵਾਲੀ 7 ਅਪ੍ਰੈਲ ਤੋਂ ਜਿਹੜੇ ਬਿਜਲੀ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਹਰ ਪਿੰਡ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਕਿਉਂਕਿ ਇਸ ਵੇਲੇ ਲੋਕਾਂ ਜਿੱਥੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਲੰਘ ਰਹੇ ਨੇ ਤਾਂ ਪੰਜਾਬ ਦੇ ਲੋਕਾਂ ਤੋਂ ਬਿਜਲੀ ਦੇ ਬਿੱਲ ਜਿਹੜੇ ਆ ਹੋਰ ਨਹੀਂ ਭਰੇ ਜਾ ਰਹੇ ਦੋ ਪੱਖੇ ਇੱਕ ਇੱਕ ਪੱਖਾ ਚੱਲਦਾ ਹੁੰਦਾ ਦੋ ਬੱਲਬ ਚੱਲਦੇ ਹੁੰਦੇ ਜਿੱਥੇ ਘਰਾਂ ਦੇ ਵਿੱਚ 50,000 ਦੇ ਬਿੱਲ ਆਏ ਹੁੰਦੇ ਆ ਸੋ ਬੇਸਿਕਲੀ ਲੋਕਾਂ ਦੀ ਆਵਾਜ਼ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਇਸ ਅੰਦੋਲਨ ਨੂੰ ਅਸੀਂ ਕਰ ਲੈ ਕੇ ਜਾਵਾਂਗੇ ਬਿਜਲੀ ਦੇ ਬਿੱਲ ਇਕੱਠੇ ਕਰਕੇ ਉਹਨਾਂ ਨੂੰ ਸਾੜਾਂਗੇ ਔਰ ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਨਹੀਂ ਤਾਂ ਤੁਸੀਂ ਬਿਜਲੀ ਸਸਤੀ ਕਰੋ ਨਹੀਂ ਸਾਡਾ ਅੰਦੋਲਨ ਜ਼ਮੀਨੀ ਪੱਧਰ ਤੱਕ ਹੁੰਦਾ ਹੋਇਆ ਗਲੀ ਗਲੀ ਮੁਹੱਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਜਨ ਅੰਦੋਲਨ ਬਣ ਕੇ ਵਿਚ ਬੱਸਾਂ ਹੈ ਹੀ ਕਿੱਥੇ ਦੱਸੋ ਸਰਕਾਰ ਨੇ ਤਾਂ ਇੱਕ ਬਹੁਤ ਵੱਡਾ ਮਜ਼ਾਕ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਲੇਡੀਜ਼ ਦੇ ਨਾਲ ਕੀਤਾ ਆ ਜੇ ਇਹਨਾਂ ਨੇ ਕੁਛ ਚੰਗੀ ਡਾਇਰੈਕਸ਼ਨ ਲੈਣੀ ਹੁੰਦੀ ਆ ਤਾਂ ਦਿੱਲੀ ਸਰਕਾਰ ਤੋਂ ਲੈ ਲਿਆ ਕਰਨ ਜਿੱਥੇ ਸੱਚਮੁੱਚ ਲੇਡੀਜ਼ ਦਾ ਕਿਰਾਇਆ ਜਿਹੜਾ ਮਾਫ਼ ਕੀਤਾ ਹੈ ਔਰ ਵੈਸੇ ਵੀ ਜਿਹੜੇ ਕਿਰਾਏ ਦੀ ਗੱਲ ਕਰਦੇ ਉਹ 1 ਜੁਲਾਈ ਤੋਂ ਲਾਗੂ ਹੋਣਾ ਹੈ ਤਾਂ ਪਿੱਛੇ ਟਾਈਮ ਹੀ ਕਿੰਨਾ ਬਚਦਾ 3 ਮਹੀਨਿਆਂ ਦਾ ਸਮਾਂ ਬਚ ਜੂਗਾ ਸਰ ਸੋ ਅੱਜ ਤੋਂ ਲਾਗੂ ਕੀਤਾ ਮੈਂ ਤਾਂ ਇਸ ਗੱਲ ਨੂੰ ਮਜ਼ਾਕ ਸਮਝਦੀ ਹਾਂ ਕਿਉਂਕਿ ਜਦੋਂ ਗੱਲ ਆ ਗਈ ਕਿ ਬੱਸਾਂ ਦੀ ਬੱਸਾਂ PRTC ਦੀਆਂ 1 ਜਾਂ 2 ਰੂਟ ਮਤਲਬ ਜਿਹੜੇ ਇੱਥੋਂ ਚੱਲਦੇ ਹੋਣਗੇ ਸਾਰੀਆਂ ਬੱਸਾਂ ਸਾਰਾ ਟਰਾਂਸਪੋਰਟ ਸਾਰਾ ਕੁਝ ਸਰਕਾਰ ਹੜੱਪ ਕਰਕੇ ਔਰ ਅੱਜ ਲੇਡੀਜ਼ ਨੂੰ ਕਹਿ ਰਹੀ ਅਸੀਂ ਕਿਰਾਇਆ ਮਾਫ਼ ਕਰਦੇ ਹਾਂ ਫਿਰ AC ਬੱਸਾਂ ਨੂੰ ਵਿੱਚ ਕਿਉਂ ਨਹੀਂ ਇਨਕਲੂਡ ਕੀਤਾ ਇਹਨਾਂ ਨੇ AC ਬੱਸਿਸ ਦੀ ਤਾਂ ਸਪੈਸ਼ਲੀ ਗੱਲ ਕਰਨੀ ਚਾਹੀਦੀ ਸੀ ਜੇ ਸੱਚਮੁੱਚ ਸਰਕਾਰ ਚਾਹੁੰਦੀ ਅਸੀਂ ਲੇਡੀਜ਼ ਨੂੰ ਕਿਰਾਇਆ ਮਾਫ਼ ਕਰਾਂਗੇ ਸੋ ਮੈਂ ਕਹਿੰਦੀ ਹਾਂ ਜਿੱਥੇ ਬਾਕੀ ਜੁਮਲੇ ਛੱਡੇ ਨੇ ਚਾਹੇ ਉਹ ਬਾਕੀ ਜਿਹੜੀਆਂ ਗੱਲਾਂ ਕੀਤੀਆਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਜੁਮਲਾ ਜਿਹੜਾ ਉਹ You are watching Channel Y, a South Asian Canadian channel.